ਕਿਹੜਾ ਵੇਚਣਾ ਇੱਕ ਹੈ ਕਿਤਨੇ ਨੀ ਇੱਕ ਸੱਤ ਦੋ ਤਿੰਨ ਚਾਰ ਪੰਜ ਛੇ ਸੱਤ ਹੀ ਰਹਿ ਗਏ ਨੀ ਤੇ ਸੱਤਾਂ ਵਿੱਚ ਤੂੰ ਅੱਗੇ ਅੱਗੇ ਪੇ ਮੈਨੂੰ ਕਹਿ ਰਿਹਾ ਸੀ ਕਿ ਮੈਂ 500 ਦੀ ਦਿਹਾੜੀ ਲਾਉਣਾ ਤੇ ਸੱਤਾਂ ਵਿੱਚ 500 ਕਿਸ ਤਰ੍ਹਾਂ ਬਣਦਾ ਇਹ ਵੀ ਹੈ ਨੀ ਇਹ ਵੇਚਣੇ ਵਾ ਇਹ ਤਾਂ ਤੂੰ ਆਪੇ ਇਸਤੇਮਾਲ ਕੀਤੇ ਹੈ ਅਜਾਜ਼ ਆਈ ਲਾਣੇ ਦੀ ਆਉਂਦਾ ਜੀ ਅੱਛਾ ਕਿਤਨੇ ਦੀ ਦਿਹਾੜੀ ਲਾਉਣਾ ਹੈ ਤਾਂ ਘੱਟ ਰੁਕੇਗਾ ਇਹ ਤੇ ਕੋਈ ਸੱਤ ਨੇ ਤਾਂ ਸੱਤਾਂ ਨੂੰ ਪੰਜ ਨਾਲ ਜ਼ਰੂਰ ਦਈਏ 350 ਬਣਦਾ ਹੈ ਰਾਤੀ ਮੈਂ 100 ਦਾ ਇੱਕ ਵੇਚਿਆ ਫਿਰ ਕਿਤਨੇ ਹੋ ਜਾਣਗੇ ਆਹੋ ਸਾਡੇ ਇਹ 100 ਦੀ ਹੋਰ ਹੈ ਜੀ ਇਹ ਤਾਂ ਤੂੰ ਖੇਡਦਾ ਹਾਂਜੀ ਪੈਕਟ ਕਿੰਨੇ ਹੁੰਦੇ ਨੇ ਚਾਰ ਕਿੰਨੇ ਦਾ ਮਿਲਦੇ ਅੱਛਾ ਹੁਣ ਇਹ ਤੂੰ ਦੱਸ ਮੈਨੂੰ ਸਟਿਕਰ ਸੱਤ ਦੇਣੇ ਨੀ ਕਿਤਨੇ ਦੇ ਦੇਣੇ ਨੀ ਫਾਈਨਲ ਦੱਸ ਛੋਟਾ ਬੱਚਾ ਹੈ ਜਨਾਬ ਇਹ ਸੇਲ ਕਰ ਰਿਹਾ ਸਟਿਕਰ ਆਹਦਾ ਮੈਂ 500 ਦੀ ਦਿਹਾੜੀ ਲਾਉਣਾ ਘਰਦਿਆਂ ਨੂੰ ਜਾ ਕੇ ਦਿੰਦਾ ਤਾਂ ਆਪੇ ਕੀ ਖਾਣਾ ਹੈ ਆਪੇ ਬਾਹਰ ਰਾਏ ਪੁੱਜ ਅੱਜੀ ਮੈਂ ਪਿਆ ਇਹ ਦੇਖ ਸਿਆਣਾ ਬੰਦਾ ਸ਼ੁਰੂ ਦੀ ਗਾਰਡਨ ਵੱਖਰਾ ਵਾਹ ਹੁਣ ਤੇਰੇ ਕੋਲ ਮੈਂ ਸਟਿਕਰ ਲੈ ਲਾਂ ਸਾਰੇ ਫਿਰ ਹੈ ਘਰ ਕਿੱਥੇ ਪਹਿਲਾਂ ਮੈਨੂੰ ਇਹ ਦੱਸ ਦੂਰ ਚੌਂਤਰਾ ਦੂਰ ਹੈ ਨੇੜੇ ਪਿੱਛੋਂ ਮੰਡੀ ਦੇ ਅੱਛਾ ਚੱਲ ਠੀਕ ਹੈ ਦੇ ਐਸ਼ ਪੇ ਕੱਢ ਕੇ ਦੇ ਵਿੱਚ 500 ਲਓ ਜੀ ਅੱਜ ਮੈਂ ਇਹਦੇ ਕੋਲ ਸਾਰੇ ਸਟਿੱਕਰ ਖਰੀਦਣ ਲੱਗਾ ਠੀਕ ਹੈ ਇਹ ਪੜ੍ਹ ਇਹ ਕਿਤਨੇ ਨੇ ਇਹ ਦੇ ਬੁਰਾ ਹੁਣ ਮੈਨੂੰ ਇਹ ਸਟਿੱਕਰ ਵੀ ਮੈਂ ਇਹਦੇ ਕੋਲ ਲੈ ਲੈਣਾ 7 ਸਟਿੱਕਰ ਨੇ 50 ਹਿਸਾਬ ਜੇ ਬੰਦੇ ਨੇ 350 ਦੇ ਅਤੇ ਉਹ ਜਿਹੜੀ ਇਹ ਉਹ ਤੂੰ ਮੇਰੀ ਤਰਫੋਂ ਰੱਖਣੀ ਹੈ ਤੂੰ ਆਪੇ ਖੇਡਣਾ ਕਰਨੇ ਵੇਚ ਨਹੀਂ ਲਾ ਦਿਹਾੜ ਲੱਗ ਹੀ ਜਾਣਾ ਠੀਕ ਹੀ ਕੰਮ ਹੁਣ ਹੋਰ ਕੁਝ ਆਹ ਨਹੀਂ ਕੁਝ ਨਹੀਂ ਇਹ ਗੱਡੀ ਚੜਾ ਲਓ ਨਿੱਕੇ ਆਉਂਦਿਆਂਗੇ ਸਰ ਠੀਕ ਹੈ ਕੁਝ ਕਹਿਣੀ ਤਾਂ ਦੱਸ ਲੈ ਫਿਰ ਵੀ ਹੁਣ ਇੱਧਰ ਬੰਦੇ ਵੀਡੀਓ 'ਚ ਕੋਈ ਆਖਣੇ ਠੀਕ ਹੋ ਗਈ ਨਾ ਕੰਮ ਕੁਛ ਹੈ ਨਾ ਹੁਣ ਕੁੱਤਾ ਕਿਹੜਾ ਪਸੰਦ ਹੀ ਤਾਂ ਬਸ ਠੀਕ ਹੈ ਲਓ ਜੀ ਇਹ ਬੱਚਾ ਜਨਾਬ ਇਹਦੇ ਕੋਲੋਂ ਸਟਿੱਕਰ ਸਾਰੇ ਲੈ ਲੈਣ 7 ਸਟਿੱਕਰ ਸੀ ਇੱਕ ਨਾਲ ਹੈ ਜਿਹੜੀ ਟਿਕ ਟਿਕ ਤੂੰ ਜਿਹੜੇ ਮੈਂ ਤੰਗ ਆ ਕਸਮ ਹੈ ਪਿੰਡੇ 'ਚ ਹਰ ਜਗ੍ਹਾ ਦੀ ਟੱਕ ਟੱਕ ਇਹ ਵੀ ਲੈ ਲੈਣੀ ਸੀ ਪਾਰੀ ਨੂੰ ਮੈਂ ਕਿਹਾ ਤੂੰ ਆਪੇ ਹੀ ਖੇਡ ਲੈ ਇਹਦੇ ਨਾਲ 500 ਰੁਪਇਆ ਪੂਰਾ ਦੇ ਛੱਡਿਆ ਓਕੇ ਆ ਹੁਣ ਚੱਲ ਹੁਣ ਤੁਰ ਜਾ ਫਿਰ ਸੋਨੇ ਰੱਬ ਦੇ ਵੱਲ